ਬੱਚਾ ਤਾਂ ਹੁਣ ਨਹੀਂ ਦਿੰਦੇ ਨੇ ਖੱਤੀ ਹੁਣ ਨਹੀਂ ਨਹੀਂ ਦਿੰਦੀ ਉਹਨੂੰ ਪਤਾ ਹੈ ਮੈਨੂੰ ਆਹ ਬਿਮਾਰੀ ਹੈ ਕਹਿੰਦੇ ਮੈਂ ਨਹੀਂ ਬਾਹਰ ਦੇ ਬਾਹਰ ਇਹ ਨੀ ਕਹਿਣਾ ਬੀਬੀ ਮੈਂ ਆਹ ਲੈ ਕੇ ਚੱਲੀ ਯਾਰ ਰਵਿੰਦਰ ਮੈਂ ਆਹ ਲੈ ਕੇ ਚੱਲੀ ਬੱਚਾ ਤਾਂ ਹੁਣ ਨੀ ਦਿੰਦੇ ਨੇ ਖੱਤੀ ਹੁਣ ਨੀ ਨਹੀਂ ਦਿੰਦੀ ਉਹਨੂੰ ਪਤਾ ਮੈਨੂੰ ਆਹ ਬਿਮਾਰੀ ਆ ਗਿਲਬਟ ਗਿਲਬਟ ਮੇਰਾ ਨਾਮ ਭਾਈ ਪ੍ਰਿੰਸ ਹੈ ਮੇਰੀ ਬਾਹਰ ਦੁਕਾਨ ਹੈਗੀ ਹੈ ਮੇਰਾ ਦੋਸਤ ਸੀਗਾ ਮੇਰੇ ਨਾਲ ਪਰਸੋਂ ਗੱਲ ਹੋਈ ਹੈ ਕਿ ਮੇਰਾ ਸੱਸ ਸਹੁਰਾ ਮੈਨੂੰ ਤੰਗ ਕਰਦੇ ਆ ਇਹਦਾ ਰਵਿੰਦਰ ਸਿੰਘ ਇਹਨੂੰ ਅਸੀਂ ਗਲੀ ਬਾਜ਼ਾਰ 'ਚ ਰਵੀ ਕਹਿੰਦੇ ਹਾਂ ਅਤੇ ਇਹਦਾ ਕੇਸ ਚੱਲਦਾ ਪਿਆ ਸੀਗਾ ਪਹਿਲੇ ਇਹਨੇ ਲਾਇਆ ਸੀਗਾ ਅੰਮ੍ਰਿਤਸਰ ਮਹਿਲਾ ਮੰਡਲ 'ਚ ਅਤੇ ਬਾਅਦ 'ਚੋਂ ਕੁੜੀ ਵਾਲਿਆਂ ਨੇ ਕਰਤਾ ਜਲੰਧਰ ਮਹਿਲਾ ਮੰਡਲ 'ਚ ਜਿਹਦੇ ਕਰਕੇ ਅੰਮ੍ਰਿਤਸਰ ਵਾਲਾ ਕੇਸ ਕੈਂਸਲ ਹੋ ਗਿਆ ਅਤੇ ਇਹਨੂੰ 2-3 ਵਾਰੀਆਂ ਜਲੰਧਰ ਗਿਆ ਵਾ ਕੇਸ ਭੁਗਤਣ ਇਹਦੀ ਮਦਰ 4-5 ਸਾਲ ਤੋਂ ਬੈੱਡ 'ਤੇ ਉਹਨਾਂ ਤੁਰਿਆ ਫਿਰਿਆ ਨਹੀਂ ਜਾਂਦਾ ਇਹਦੇ ਸਹੁਰਾ ਸਾਹਿਬ ਨੇ ਜੋ ਵੀ ਉਹਨਾਂ ਦੀ ਫੈਮਿਲੀ ਨੇ ਇਹਦੀ ਮਦਰ ਦੇ ਵਿੱਚ ਐਲੀਗੇਸ਼ਨ ਲਾਇਆ ਵਾ ਕਿ ਇਹਨੂੰ ਸੱਸ ਮੇਰੀ ਉਹਦੀ ਕੁੱਟਦੀ ਹੈ ਕੁੜੀ ਨੂੰ ਅਤੇ ਜਦੋਂ ਜਲੰਧਰ ਬੁਲਾਇਆ ਵਾ ਅਤੇ ਸਾਰੀ ਫੈਮਿਲੀ ਦਾ ਨਾ ਇਹ ਨਾਮ ਹੈਗਾ ਇਹ ਵਿੱਚ ਕਿ ਸਾਰੀ ਫੈਮਿਲੀ ਕੁੜੀ ਨੂੰ ਟੋਰਚਰ ਕਰਦੀ ਹੈ ਇਹ ਸਿਰਫ ਮਾਂ ਪੋਤੀ ਸੀ ਜੀ ਕੀ ਕੰਮ ਕੀ ਕਰਦਾ ਸੀ ਇਹ ਪਹਿਲੇ HDFC 'ਚ ਸੀਗਾ ਬੈਂਕ 'ਚ ਮੈਨੇਜਰ ਅਤੇ ਹੁਣ ਪੰਜਾਬ ਨੈਸ਼ਨਲ ਬੈਂਕ 'ਚ ਸੀਗਾ ਮੈਨੇਜਰ ਇੰਸ਼ੋਰੈਂਸ ਦੇ ਵਿੱਚ ਹੁਣ ਇਹਨੇ ਸੁਸਾਈਡ ਕਰ ਲਿਆ ਮੈਨੂੰ ਸਵੇਰੇ ਪਤਾ ਲੱਗਾ 12:30 ਵਾਲੀ ਅਤੇ ਉਸ ਵੇਲੇ ਮੈਂ ਘਰ ਆ ਗਿਆ ਮੇਰੇ ਪੈਰਾਂ ਥੋੜ੍ਹ ਜ਼ਮੀਨ ਨਿਕਲ ਗਈ ਹੈ ਕਿ ਇਹ ਕਿਹਨੇ ਕਰ ਲਿੱਤਾ ਕੋਈ ਮਦਰ ਵੀ ਇਹਦੇ ਇਹੋ ਜਿਹੇ ਨਹੀਂ ਗਏ ਕਿ ਆਪਣੀ ਕੇਅਰ ਵੀ ਕਰ ਸਕਣ ਅਤੇ ਕੀ ਪਰੇਸ਼ਾਨ ਕੌਣ ਕਰਦਾ ਸੀ ਪਰੇਸ਼ਾਨ ਇਹਦੇ ਸਹੁਰਾ ਕਰਦਾ ਸੀ ਜੀ ਘਰ ਦੀ ਘਰ ਦੀ ਸਰ ਸਾਲ ਹੋਇਆ ਵਿਆਹ ਨੂੰ ਤਾਂ ਸਾਲ 'ਚ 7-8 ਮਹੀਨੇ ਤੋਂ ਪਿੱਕ ਹੀ ਰਹੀ ਹੈ ਬੱਚਾ ਨਹੀਂ ਸੀਗਾ ਜੀ ਪੁਲਿਸ ਮੌਕੇ 'ਤੇ ਫੋਨ ਕੀਤਾ ਪਹੁੰਚ ਗਈ ਹੈ ਅਤੇ ਬਾਕੀ ਸਹੁਰਾ ਦਾ ਪਹਿਲੇ 2 ਦਿਨ ਪਹਿਲੇ ਜਿਹੜੀ ਮੇਰੀ ਗੱਲ ਹੋਈ ਹੈ ਕਿ 85,000 'ਚ ਸਾਡਾ ਕੇਸ ਮੁੱਕਦਾ ਪਿਆ ਵਾ ਅਤੇ ਸਹੁਰਾ ਕਹਿੰਦਾ 85,000 ਲੈ ਕੇ ਵੀ ਮੈਂ ਤੁਹਾਨੂੰ ਕਚਹਿਰੀ 'ਚ ਕਿਹੜੀ ਸੁਣਾ ਇਸ ਵੱਲੋਂ ਸ਼ਾਇਦ ਇਹਨੇ ਸੁਸਾਈਡ ਕੀਤਾ ਇਹ ਸੁਸਾਈਡ ਦਾ ਮਸਲਾ ਕਰੋੜੀ ਗਲੀ ਕਰੋੜੀ ਚੌਂਕ ਹੈ ਜੀ ਇੱਥੇ ਅਤੇ ਇਹ ਬੈਂਕ 'ਚ ਮੁੰਡਾ ਇੰਪਲਾਈ ਕਰਦਾ ਸੀ ਕੰਮ ਕਰਦਾ ਸੀ ਇਹਦੀ ਵਾਈਫ ਨਾਲ ਇਹਦਾ ਥੋੜ੍ਹਾ ਜਲੰਧਰ ਵੂਮੈਨ ਸਾਹਿਬ ਦਾ ਜਲੰਧਰ 'ਚ ਇਹਨਾਂ ਨਾਲ ਡਿਸਪਿਊਟ ਚੱਲ ਰਿਹਾ ਸੀ ਉਹ ਤੋਂ ਦੁਖੀ ਹੋ ਕੇ ਇਹਨੇ ਸੁਸਾਈਡ ਕੀਤੀ ਸਰ ਕੁਛ ਸਾਹਮਣੇ ਆਇਆ ਜੀ ਸਾਹਮਣੇ ਅਜੇ ਜੀ ਅਸੀਂ ਵੇਖਿਆ ਸਾਡਾ ਫੋਨ ਸੀਜ਼ ਕੀਤਾ ਬਾਕੀ ਅਸੀਂ 174 ਦੀ ਕਾਰਵਾਈ ਕਰਾਉਣ ਲੱਗੇ ਹਾਂ ਜੋ ਉੱਥੇ ਹਾਲਾਤ ਆਉਣਗੇ ਕਿੰਨੀ ਉਮਰ ਸੀ ਉਹਦੀ 32 ਸਾਲ ਦੱਸ ਰਿਹਾ ਬੱਚੇ ਵੀ ਹੈ ਕੋਈ ਬੱਚਾ ਨਹੀਂ ਕੋਈ ਹਜੇ 1 ਸਾਲ ਹੀ ਹੋਇਆ ਵਿਆਹ ਹੋਇਆ ਦੁਖੀ ਭੈਣ ਭਰਾਵਾਂ ਦੇ ਮਸੀਹਾ ਪੰਜਾਬ ਦੇ ਮਸ਼ਹੂਰ ਜੋਤਿਸ਼ 50 ਸਾਲਾਂ ਦਾ ਮਹਾਨ ਤਜਰਬਾ ਸਵਾਮੀ ਸ਼ੁਕਰਾਚਾਰੀਆ ਮਹਾਕਾਲੀ ਉਪਾਸਕ ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਪ੍ਰੇਮ ਵਿਆਹ 'ਚ ਰੁਕਾਵਟ ਸੌਧਨ ਦੁਸ਼ਮਣ ਦਾ ਖਾਤਮਾ ਵਿਦੇਸ਼ 'ਚ ਪੱਕਾ ਹੋਣਾ ਕੀਤਾ ਕਰਾਇਆ ਗੁਪਤ ਵਸ਼ੀਕਰਨ ਕਰਾਓ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 98 729 0 14 31